ਸਤਿ ਸ਼੍ਰੀ ਅਕਾਲ ਦੋਸਤੋ, ਸੁਖਮਨੀ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਮੈਂ ਸਤਵਿੰਦਰ ਭਾਟੀਆ ਤੁਹਾਡਾ ਇਸ ਵੀਡੀਓ ਸਵਾਗਤ ਕਰਨਾ। ਮੈਂ ਰੈਗੂਲੇਟਡ ਐਂਡ ਲਾਈਸੈਂਸਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਅੱਜ ਇੱਕ ਵਾਰ ਫਿਰ ਤੋਂ ਬੇਹੱਦ ਐਕਸਾਈਟਿਡ, ਕਿਉਂਕਿ ਗੱਲ ਹੀ ਐਸੀ ਹੈ, ਬਹੁਤ ਇੰਪੋਰਟੈਂਟ ਡਰਾ ਆਇਆ ਹੈ ਐਕਸਪ੍ਰੈਸ ਐਂਟਰੀ ਦਾ। ਜੀ ਹਾਂ, ਇਹ ਸਪਟੈਂਬਰ ਦੇ ਮਹੀਨੇ ਦਾ ਪਹਿਲਾ ਐਕਸਪ੍ਰੈਸ ਐਂਟਰੀ ਦਾ ਡਰਾ ਹੈ, ਅੱਜ ਹੀ ਆਇਆ। ਪੂਰੀ ਡਿਟੇਲ, ਪੂਰਾ ਐਨਾਲਿਸਿਸ ਤੁਹਾਡੇ ਨਾਲ ਸ਼ੇਅਰ ਕਰਾਂਗਾ। ਉਸ ਤੋਂ ਪਹਿਲਾਂ ਬਹੁਤ ਛੋਟੀ ਜਿਹੀ ਰਿਕੁਐਸਟ, ਤੁਸੀਂ ਚੈਨਲ ਤੇ ਨਵੇਂ ਹੋ ਔਰ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਇਸ ਚੈਨਲ ਤੇ ਅਸੀਂ ਬਹੁਤ ਸਾਰੀਆਂ ਕੈਨੇਡੀਅਨ ਇਮੀਗ੍ਰੇਸ਼ਨ ਦੀਆਂ ਨਿਊਜ਼, ਅਪਡੇਟ, ਟਿਪਸ, ਟ੍ਰਿਕਸ ਤੁਹਾਡੇ ਨਾਲ ਸ਼ੇਅਰ ਕਰਨੇ ਆ। ਤੁਹਾਨੂੰ ਵੀਡੀਓ ਪਸੰਦ ਆਏ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ ਆਪਣੇ ਫਰੈਂਡਸ ਔਰ ਫੈਮਿਲੀਜ਼ ਨਾਲ, ਤਾਂ ਕਿ ਉਹਨਾਂ ਦਾ ਵੀ ਬੈਨੀਫਿਟ ਹੋ ਸਕੇ। ਨਾਲ ਦੇ ਨਾਲ ਬੈਲ ਆਈਕਨ ਜ਼ਰੂਰ ਦਬਾ ਦਿਓ, ਕਿਉਂਕਿ ਇਸੇ ਤਰ੍ਹਾਂ ਇਹ ਵੀਡੀਓ ਉਸੇ ਵਕਤ ਤੁਹਾਡੇ ਤੱਕ ਪਹੁੰਚਦਾ ਹੈ ਜਦੋਂ ਅਸੀਂ ਅਪਲੋਡ ਕਰਦੇ ਹਾਂ। ਸਿਰਫ ਔਰ ਸਿਰਫ ਇੱਕੋ ਚੀਜ਼ ਯਾਦ ਰੱਖਣੀ ਹੈ, ਇਹ ਜਿਹੜਾ ਚੈਨਲ ਹੈ ਨਾ, ਇਹ ਡੈਡੀਕੇਟਿਡ ਹੈ ਕੈਨੇਡੀਅਨ ਇਮੀਗ੍ਰੇਸ਼ਨ ਵਾਸਤੇ, ਕੁਛ ਹੋਰ ਨਹੀਂ, ਸਿਰਫ ਕੈਨੇਡੀਅਨ ਇਮੀਗ੍ਰੇਸ਼ਨ। ਸੋ ਜੋ ਕੁਛ ਵੀ ਕੈਨੇਡੀਅਨ ਇਮੀਗ੍ਰੇਸ਼ਨ ਤੇ ਹੋਏਗਾ ਤੁਹਾਨੂੰ ਇੱਥੇ ਜ਼ਰੂਰ ਪਤਾ ਲੱਗੇਗਾ। ਸੋ ਬਿਨਾਂ ਹੋਰ ਦੇਰ ਕੀਤਿਆਂ ਹੋਇਆ ਸ਼ੁਰੂ ਕਰਨੇ ਆ ਬੇਹੱਦ ਇੰਪੋਰਟੈਂਟ ਵੀਡੀਓ, ਜੋ ਕਿ ਹੈਗਾ ਐਕਸਪ੍ਰੈਸ ਐਂਟਰੀ ਦੇ ਬਾਰੇ 'ਚ। ਐਕਸਪ੍ਰੈਸ ਐਂਟਰੀ ਦਾ 35ਵਾਂ ਡਰਾਅ ਹੈ, ਸੋ 31st ਐਕਸਪ੍ਰੈਸ ਐਂਟਰੀ ਡਰਾਅ ਹੈ 2024 ਦਾ। ਇਹ 35ਵਾਂ ਡਰਾਅ ਹੈ, ਹਰ ਡਰਾਅ ਦਾ ਇੱਕ ਨੰਬਰ ਹੁੰਦਾ ਹੈ। ਇਸ ਡਰਾਅ ਦਾ ਨੰਬਰ ਹੈ 313, 313 ਡਰਾਅ ਨੰਬਰ ਹੈ। ਗੌਰਮੈਂਟ ਦੀ ਵੈਬਸਾਈਟ ਤੋਂ ਡਰਾਅ ਦੇ ਤਰਫ ਚੱਲਨੇ ਆ ਸਟ੍ਰੇਟ ਅਪ, ਇਹ ਗੌਰਮੈਂਟ ਦੀ ਵੈਬਸਾਈਟ ਤੋਂ ਡਰਾਅ ਤੁਹਾਡੇ ਸਾਹਮਣੇ। ਸੋ ਇਹਨੂੰ ਕੀ ਹੈ ਕਿ ਕਈ ਵਾਰ ਇਹਨੂੰ ਪੜ੍ਹਨਾ ਸਮਝਣਾ ਥੋੜ੍ਹਾ ਜਿਹਾ ਮੁਸ਼ਕਿਲ ਹੈ, ਮੈਂ ਇੱਕ ਇੱਕ ਕਰਕੇ ਤੁਹਾਨੂੰ ਲਾਈਨ ਬਾਏ ਲਾਈਨ ਸਾਰੀਆਂ ਚੀਜ਼ਾਂ ਦੱਸਦਾ ਜਾਂਦਾ। ਸੋ ਸਭ ਤੋਂ ਪਹਿਲਾਂ ਹਾਈਲਾਈਟ ਦੀ ਗੱਲ ਕਰੀਏ ਤੇ ਡਰਾਅ ਕਦ ਆਇਆ। ਡਰਾਅ ਆਇਆ 9/9/2024, ਯਾਨੀ ਕਿ ਸਪਤੰਬਰ 9 ਨੂੰ ਡਰਾਅ ਆਇਆ। ਔਰ ਕਿੰਨੇ ਲੋਕਾਂ ਨੂੰ ਬੁਲਾਇਆ ਗਿਆ? 911, 911 ਇਹ ਨੰਬਰ ਹੈ, 911 ਲੋਕਾਂ ਨੂੰ ਬੁਲਾਇਆ ਗਿਆ ਤੇ ਪੀਐਨਪੀ ਦਾ ਇਹ ਡਰਾਅ ਸੀ। ਹੁਣ ਪੀਐਨਪੀ ਦਾ ਡਰਾਅ ਬਹੁਤ ਬਹੁਤ ਇੰਪੋਰਟੈਂਸ ਰੱਖਦਾ ਹੈ, ਮੈਂ ਅੱਗੇ ਜਾ ਕੇ ਇਹਦੀ ਇੰਪੋਰਟੈਂਸ ਵੀ ਤੁਹਾਨੂੰ ਦੱਸਾਂਗਾ ਕੀ ਇੰਪੋਰਟੈਂਸ ਹੈ। ਸੋ ਪੀਐਨਪੀ ਦਾ ਡਰਾਅ ਆਇਆ, ਜਿਹੜਾ ਕੱਟ ਆਫ ਸੀ 732 CRS ਦਾ ਕੱਟ ਆਫ ਸੀ, ਤੇ ਇਹ ਜਿਹੜਾ ਹੈ ਪਿਛਲੇ ਡਰਾਅ ਦੇ ਮੁਕਾਬਲੇ, ਕਿਉਂਕਿ ਪਿਛਲਾ ਡਰਾਅ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾਅ ਸੀ ਜਿਹੜਾ ਕਿ 27 ਅਗਸਤ ਨੂੰ ਆਇਆ ਸੀ, ਉਹ ਜਿਹੜਾ ਉਹਦੇ ਮੁਕਾਬਲੇ 225 ਪੁਆਇੰਟ ਇਨਕਰੀਜ਼ ਕਰ ਗਿਆ। ਸੋ ਓਬਵੀਅਸਲੀ, ਕਿਉਂਕਿ ਉਹ ਡਰਾਅ ਘੱਟ ਹੁੰਦਾ ਹੈਗਾ ਤੇ ਉਹਦੇ ਮੁਕਾਬਲੇ ਇਨਕਰੀਜ਼ ਹੋ ਗਿਆ, ਤੇ ਟਾਈ ਬ੍ਰੇਕਿੰਗ ਰੂਲ ਜਿਹੜਾ ਹੈਗਾ March 13, 2024 ਦਾ ਲੱਗਿਆ। ਬੇਸਿਕ ਜੀ ਇਨਫੋਰਮੇਸ਼ਨ ਹੈ, ਸਭ ਤੋਂ ਪਹਿਲਾਂ ਆਪਾਂ ਮੁਬਾਰਕਾਂ ਦੇ ਦਈਏ, ਕਿਉਂਕਿ ਮੁਬਾਰਕਾਂ ਬਹੁਤ ਜ਼ਰੂਰੀ ਨੇ। ਜਿਸ ਕਿਸੇ ਦਾ ਵੀ ਇਹਦੇ 'ਚ ਡਰਾਅ 'ਚ ਨਾ ਆਉਂਦਾ ਨਾ, ਯਕੀਨ ਮੰਨੋ ਉਹਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ, ਹਰ ਉਸ ਬੰਦੇ ਨੂੰ, ਹਰ ਉਸ ਸ਼ਖਸ ਨੂੰ ਪਤਾ ਹੈ ਕਿ ਇਹ ਕਿੱਡੀ ਵੱਡੀ ਚੀਜ਼ ਹੈ। ਇਹ ਤੁਹਾਡੇ ਹੱਥ 'ਚ ਨਾ ਗੋਲਡਨ ਟਿਕਟ ਹੈ, ਇਹ ਹਾਈਮਾਈ ਨਹੀਂ ਲੱਗਦਾ, ਇਹ ਤੁਹਾਡੇ ਹੱਥ ਹਾਈਮਾਈ ਗੋਲਡਨ ਟਿਕਟ ਨਹੀਂ ਆਉਂਦਾ, ਇਹ ਆ ਗਿਆ ਨਾ, ਇਹਨੂੰ ਬੜੇ ਤਰੀਕੇ ਨਾਲ ਇਸਤੇਮਾਲ ਕਰੋ, ਤੁਹਾਡੀ ਜਰਨੀ ਹੈ। ਇਸ ਤੋਂ ਬਾਅਦ ਤੁਹਾਡੀ ਜਰਨੀ ਸ਼ੁਰੂ ਹੁੰਦੀ ਹੈ, ਜਰਨੀ ਸ਼ੁਰੂ ਹੁੰਦੀ ਹੈ ਕਿਉਂਕਿ ਤੁਸੀਂ ਇਸ ਤੋਂ ਬਾਅਦ ਐਪਲੀਕੇਸ਼ਨ ਐਕਚੁਅਲ ਭਰ ਕੇ ਦਿੰਦੇ ਹੋ, ਉਹੀ ਐਪਲੀਕੇਸ਼ਨ ਜਾਂ ਪਾਸ ਹੋਏਗੀ ਜਾਂ ਫੇਲ ਹੋਏਗੀ। ਤੁਹਾਡੀ ਐਪਲੀਕੇਸ਼ਨ ਪਾਸ ਹੁੰਦੀ ਹੈ, ਤੁਹਾਡੀ ਜਰਨੀ ਕੰਪਲੀਟ ਹੁੰਦੀ ਹੈ, ਤੁਹਾਡੇ ਹੱਥ PR ਕਾਰਡ ਆ ਜਾਂਦਾ, ਤੁਹਾਡੀ ਜਰਨੀ ਅਗਰ ਕੋਈ ਗੜਬੜ ਹੋ ਜਾਂਦੀ ਹੈ ਤੇ ਤੁਹਾਨੂੰ ਹਟਾ ਦਿੱਤਾ ਜਾਂਦਾ। ਸੋ ਇੱਥੇ ਬੜਾ ਇੰਪੋਰਟੈਂਟ ਹੈ ਕਿ ਠੀਕ ਤਰੀਕੇ ਨਾਲ ਆਪਣੀ ਫਾਈਲ ਲਾਈ ਜਾਏ। ਇਸ ਪੁਆਇੰਟ ਤੇ ਆ ਕੇ ਜਦੋਂ ITA ਆ ਜਾਏ, ਬਿਲਕੁਲ ਠੀਕ ਤਰੀਕੇ ਨਾਲ ਫਾਈਲ ਲੱਗੇ ਤਾਂ ਕਿ ਤੁਹਾਡੇ ਹੱਥ PR ਆਵੇ। ਸੋ ਇੰਨੀ ਘਾਲਣਾ, ਇੰਨੀ ਮਿਹਨਤ ਕਰਨ ਤੋਂ ਬਾਅਦ ਨਾ ਰਿਸਕ ਨਹੀਂ ਲੈਣਾ। ਸੋ ਇਹ ਹੋ ਗਈ ਕੋਂਗਰੈਚੁਲੇਸ਼ਨ, ਤੇ ਕੋਂਗਰੈਚੁਲੇਸ਼ਨ ਤੋਂ ਬਾਅਦ ਆਪਾਂ ਚੱਲਦੇ ਹਾਂ ਕਿ ਇਹ ਪੀਐਨਪੀ
ਦੀ ਇੰਪੋਰਟੈਂਸ ਕੀ ਹੈ ਔਰ ਕਿੱਥੇ ਕਰਕੇ ਇਹ ਫਿੱਟ ਹੁੰਦਾ ਹੈ? ਐਕਸਪ੍ਰੈਸ ਐਂਟਰੀ ਨੂੰ ਦੋ ਮੋਟੇ ਹਿੱਸਿਆਂ 'ਚ ਵੰਡਿਆ ਹੋਇਆ, ਫੈਡਰਲ ਕੰਪੋਨੈਂਟ ਹੈ, ਪ੍ਰੋਵਿੰਸ਼ੀਅਲ ਕੰਪੋਨੈਂਟ ਹੈ। ਜਿਹੜਾ ਫੈਡਰਲ ਕੰਪੋਨੈਂਟ ਹੈ, ਤੁਹਾਨੂੰ ਸਭ ਨੂੰ ਜਿਹੜੇ ਪਹਿਲੀ ਵਾਰ ਨਹੀਂ ਦੇਖ ਰਹੇ ਉਹਨਾਂ ਨੂੰ ਤਾਂ ਜ਼ਰੂਰ ਪਤਾ ਹੈ ਕਿ ਇਹ ਜਿਹੜਾ ਹੈਗਾ ਇਹਦੇ ਵਿੱਚ FSW ਹੈਗਾ, CEC ਹੈਗਾ ਅਤੇ ਫੈਡਰਲ ਸਕਿੱਲ ਟ੍ਰੇਡ ਹੈਗਾ। ਇਹ ਤਿੰਨ ਕੰਪੋਨੈਂਟ ਨੇ। ਜਿਹੜਾ ਪ੍ਰੋਵਿੰਸ਼ੀਅਲ ਕੰਪੋਨੈਂਟ ਹੈ ਉਹਦੇ ਵਿੱਚ ਹੈਗਾ ਜਿਹੜਾ ਅਸੀਂ ਜਿਹਨੂੰ PNP ਕਹਿੰਦੇ ਹਾਂ, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ। ਸੋ ਇਹ ਜਿਹੜਾ ਹੈਗਾ ਐਨਹਾਂਸਡ ਹੁੰਦਾ। ਐਨਹਾਂਸ ਦਾ ਮਤਲਬ ਇਹ ਕਿ ਇਹਦੇ ਵਿੱਚ CRS ਕਾਊਂਟ ਹੁੰਦਾ ਹੈ ਔਰ ਇਹ 600 ਪੁਆਇੰਟ ਤੁਹਾਨੂੰ ਦਿਲਵਾਉਂਦਾ ਹੈ। 600 CRS ਪੁਆਇੰਟਸ ਮਿਲਦੇ ਨੇ। ਹੁਣ ਇੱਕ ਐਗਜ਼ਾਮਪਲ ਲਵਾਂ ਕਿਉਂਕਿ ਕਈ ਵਾਰ ਲੋਕ ਇੱਥੇ ਨਾ ਕਨਫਿਊਜ਼ ਹੋ ਜਾਂਦੇ ਨੇ। ਇਹ ਜਿਹੜਾ ਹੈਗਾ ਮੰਨ ਲਓ ਕਿਸੇ ਦਾ ਓਨਟੈਰੀਓ ਦੇ ਵਿੱਚ ਸਕਿੱਲ ਟ੍ਰੇਡ ਦੇ ਵਿੱਚ ਵਾਰੀ ਆਈ, ਠੀਕ ਹੈ, ਸਕਿੱਲ ਟ੍ਰੇਡ 'ਚ ਉਹਦੀ ਵਾਰੀ ਆ ਗਈ ਹੈ ਅਤੇ ਉਹਨੂੰ 600 ਪੁਆਇੰਟ ਮਿਲ ਜਾਂਦੇ ਨੇ। ਉਹ ਓਨਟੈਰੀਓ ਦੇ OINP 'ਚ ਉਹਨੂੰ ਐਕਸੈਪਟ ਕਰਦਾ ਹੈ ਅਤੇ ਉਹਦਾ ITA ਜਦੋਂ ਆਉਂਦਾ ਹੈ ਅਤੇ ਫਿਰ ਉਹਦੇ ਪੁਆਇੰਟ 600 ਅਤੇ ਮੰਨ ਲਓ ਉਹਦੇ 300 ਹੋਰ ਨੇ ਅਤੇ 600 ਔਰ 300 900 ਹੋ ਜਾਂਦੇ ਨੇ। ਸੋ ਇਹਦਾ ਪਰਪਜ਼ ਹੈ। ਇਹਦੇ ਵਿੱਚ ਵੱਖਰੀਆਂ ਵੱਖਰੀਆਂ ਕੈਟੇਗਰੀਜ਼ ਨੇ। ਓਨਟੈਰੀਓ ਦਾ ਮੈਂ ਇੱਕ ਇਗਜ਼ਾਮਪਲ ਲਿੱਤਾ, ਹੋਰ ਸਾਰੇ ਪ੍ਰੋਵਿੰਸ ਰਨ ਕਰਦੇ ਨੇ ਇਸ ਤਰ੍ਹਾਂ ਦਾ ਪ੍ਰੋਗਰਾਮ। ਸੋ ਵੱਖਰੇ ਵੱਖਰੇ ਪ੍ਰੋਵਿੰਸ ਵੱਖਰੇ ਵੱਖਰੇ ਨੋਮੀਨੇਸ਼ਨ ਦਿੰਦੇ ਨੇ ਅਤੇ ਜਦੋਂ ਉਹ ਨੋਮੀਨੇਸ਼ਨ ਦਿੰਦੇ ਨੇ ਐਡ ਹੋ ਜਾਂਦਾ ਇਹਦੇ ਵਿੱਚ। ਸੋ ਇਸ ਤਰ੍ਹਾਂ ਤੁਹਾਨੂੰ 600 ਪੁਆਇੰਟ ਮਿਲ ਜਾਂਦੇ ਨੇ। ਇਹ ਮਤਲਬ ਹੋਇਆ PNP ਦਾ। ਅਤੇ ਹਮੇਸ਼ਾ ਕਹਾਂਗਾ ਮੈਥ ਜ਼ਰੂਰ ਕਰੋ। ਦੇਖੋ ਕਿਸੇ ਬੰਦੇ ਨੇ ਫਾਈਲ ਲਾਈ, ਉਹਦੇ ਪੁਆਇੰਟ ਕੋਈ ਜ਼ਿਆਦਾ ਨਹੀਂ ਸੀ ਲੇਕਿਨ ਉਹਨੂੰ ਨੋਮੀਨੇਸ਼ਨ ਆਇਆ। ਇੱਥੇ ਵੀ ਕਈ ਵਾਰੀ ਮੇਰੇ ਕੋਲ ਸਵਾਲ ਪੁੱਛਿਆ ਜਾਂਦਾ ਕਿ ਬਈ ਇੰਨੇ ਥੋੜ੍ਹੇ ਪੁਆਇੰਟ ਨਾਲ ਕਿਵੇਂ ਮਿਲ ਜਾਏਗਾ? ਪੁਆਇੰਟ ਇੰਨੇ ਥੋੜ੍ਹੇ ਹੀ ਸੀ ਉਹਦੇ। ਹੁੰਦਾ ਕੀ ਹੈ ਕਿ ਜਦੋਂ ਨੋਮੀਨੇਸ਼ਨ ਆ ਜਾਂਦਾ ਹੈ ਕਿਸੇ ਨੂੰ ਤੇ ਉਹਨੂੰ 600 ਪੁਆਇੰਟ ਐਡ ਹੋ ਜਾਂਦੇ ਨੇ। ਮੰਨ ਲਓ ਉਹਦੇ 732 ਪੁਆਇੰਟ ਸੀ, 600 ਪੁਆਇੰਟ ਜਿਹੜੇ ਸੀ ਉਹਨੂੰ ਨੋਮੀਨੇਸ਼ਨ ਦੇ ਮਿਲ ਗਏ। ਉਹ ਨੋਮੀਨੇਸ਼ਨ ਦੇ 600 ਪੁਆਇੰਟ ਮਿਲਣ ਕਰਕੇ ਉਹਦੇ ਜਿਹੜੇ ਨੇ ਪੁਆਇੰਟ ਵੱਧ ਗਏ, 732 ਹੋ ਗਏ। ਅਗਰ ਉਹ ਹਟਾ ਦਈਏ ਤੇ ਉਹਦੇ ਆਪਣੇ ਪੁਆਇੰਟ ਜਿਹੜੇ ਸੀ ਉਹ ਸਿਰਫ 132 ਸੀ। 132 ਉਹਦੇ ਆਪਣੇ ਪੁਆਇੰਟ ਸੀ, ਉਹਦੇ ਵਿੱਚ 600 ਐਡ ਹੋ ਗਏ। ਸੋ ਇਸ ਕਰਕੇ 732 ਹੋਇਆ। ਸੋ 732 ਤੋਂ ਉੱਤੇ ਕਿੰਨੇ ਹੋਣਗੇ? ਕੋਈ 800 ਵਾਲਾ, ਕੋਈ 900 ਵਾਲਾ, ਜਿਹਦੀ ਜਿੱਥੇ ਵਾਰੀ ਆ ਜਾਂਦੀ ਹੈ ਉਹਦਾ। ਲੇਕਿਨ ਕਹਿਣ ਦਾ ਮਤਲਬ ਹੈ ਇਹ ਕਿ ਜੇ ਤੁਸੀਂ ਹਿੰਮਤ ਨਹੀਂ ਕਰਦੇ ਤੁਹਾਡੀ ਵਾਰੀ ਨਹੀਂ ਆਏਗੀ। ਤੁਸੀਂ ਲਾਈਨ 'ਚ ਖੜੇ ਨਹੀਂ ਹੁੰਦੇ ਤੁਹਾਡੀ ਵਾਰੀ ਨਹੀਂ ਆਏਗੀ। ਇੱਕ ਕਹਾਵਤ ਹੈ ਨਾ, ਕਹਿੰਦੇ ਨੇ ਹਿੰਮਤੇ ਮਰਦਾ ਮਦਦੇ ਖੁਰਾ, ਤੇ ਮਦਦੇ ਖੁਦਾ, ਖੁਦਾ ਤੁਹਾਡੀ ਮਦਦ ਤਾਂ ਹੀ ਕਰਦਾ ਜੇ ਤੁਸੀਂ ਆਪ ਵੀ ਹਿੰਮਤ ਕਰਦੇ ਹੋ। ਤੁਸੀਂ ਆਪ ਹਿੰਮਤ ਕਰਕੇ ਪ੍ਰੋਫਾਈਲ ਬਣਾਉਂਦੇ ਹੋ, ਐਕਸਪ੍ਰੈਸ ਐਂਟਰੀ 'ਚ ਆਪਣੀ ਲਾਈਨ 'ਚ ਖੜੇ ਹੁੰਦੇ ਹੋ, ਇਹ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਸੋ ਇਹ ਚੀਜ਼ ਅਗਰ ਤੁਸੀਂ ਦੇਖੋਗੇ ਕਿ 132 ਵਾਲੇ ਦੇ ਹੱਥ ਵੀ PR ਆ ਗਿਆ, 132 CRS ਕੁਛ ਨਹੀਂ ਹੁੰਦਾ। ਸੋ ਇਹ ਤੁਹਾਡੇ ਸਾਹਮਣੇ ਮੈਥਮੈਟਿਕਸ ਹੈ। ਆਪਾਂ ਐਨਾਲਿਸਿਸ ਦੀ ਤਰਫ ਚੱਲਦੇ ਹਾਂ। ਐਨਾਲਿਸਿਸ ਦੋ ਚੀਜ਼ਾਂ ਦੇਖਣੀਆਂ ਨੇ ਤੁਸੀਂ। ਪਹਿਲੀ ਚੀਜ਼ ਜੋ ਬਹੁਤ ਇੰਪੋਰਟੈਂਟ ਹੈ ਉਹ ਹੈ ITA ਅਤੇ ਦੂਜੀ ਹੈਗੀ ਹੈ CRS। ਜੇ ITA ਇਨਵੀਟੇਸ਼ਨ ਟੂ ਅਪਲਾਈ, ਕਈ ਵਾਰੀ ਲੋਕ ਪੁੱਛ ਲੈਂਦੇ ਨੇ ITA ਕਹਿੰਦੇ ਹੋ ਮਤਲਬ ਕੀ ਹੈ? ਇਨਵੀਟੇਸ਼ਨ ਟੂ ਅਪਲਾਈ, ਤੁਹਾਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ, ਹਾਂ ਬਈ ਅਪਲਾਈ ਕਰੋ, ਇਨਵੀਟੇਸ਼ਨ ਟੂ ਅਪਲਾਈ। ਸੋ ਇਨਵੀਟੇਸ਼ਨ ਟੂ ਅਪਲਾਈ, ਜੇ ਜ਼ਿਆਦਾ ਇਨਵੀਟੇਸ਼ਨ ਆਉਣਗੇ ਤੁਹਾਡਾ ਮੌਕਾ ਆ ਜਾਏਗਾ, ਤੇ ਜੇ CRS ਘਟੇਗਾ ਤਾਂ ਵੀ ਤੁਹਾਡਾ ਮੌਕਾ ਆ ਜਾਏਗਾ। ਸੋ ਇਹ ਦੇਖਣਾ ਹੈ ਕਿ ਇਨਵੀਟੇਸ਼ਨ ਕਿੰਨੇ ਆਉਂਦੇ ਨੇ। ਸੋ ਇਨਵੀਟੇਸ਼ਨ ਦੀ ਗੱਲ ਕਰੀਏ ਤੇ ਤੁਸੀਂ ਦੇਖਣਾ ਡਰਾਅ ਕਿੰਨੇ ਹੁੰਦੇ ਨੇ, ਕਿਉਂਕਿ ਡਰਾਅ ਬਹੁਤ ਇੰਪੋਰਟੈਂਟ ਹੈ। ਡਰਾਅ ਦੀ ਗੱਲ ਬਹੁਤ ਥੋੜੇ ਲੋਕ ਕਰਦੇ ਨੇ। ਡਰਾਅ ਦੇਖੋ ਪਹਿਲੇ ਕਿੰਨੇ ਹੁੰਦੇ ਨੇ। ਜਿਸ ਮਹੀਨੇ ਦੇ ਵਿੱਚ ਜ਼ਿਆਦਾ ਡਰਾਅ ਹੋਣਗੇ ਉਸ ਮਹੀਨੇ ਦੇ ਵਿੱਚ ਇਨਵੀਟੇਸ਼ਨ ਵੀ ਜ਼ਿਆਦਾ ਹੋਣਗੇ, ਸਿੰਪਲ। ਔਰ ਬਾਕੀ ਜਿਹੜਾ ਕਸਰ ਹੈਗੀ ਆਪਾਂ ਡਾਟਾ ਤੁਹਾਡੇ ਸਾਹਮਣੇ ਰੱਖ ਦਿੰਦੇ ਹਾਂ, ਡਾਟਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਤੇ ਜੇ ਡਰਾਅ ਦੀ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਡਰਾਅ ਜਿਹੜੇ ਆਏ ਸੀ ਉਹ ਆਏ ਸੀ ਜੁਲਾਈ ਦੇ ਮਹੀਨੇ ਦੇ ਵਿੱਚ। 9 ਡਰਾਅ ਆਏ ਸੀ ਜੁਲਾਈ ਦੇ ਮਹੀਨੇ 'ਚ। 9
ਅਗਸਤ ਦੇ ਵਿੱਚ ਆਈ ਵਾਸ ਹੋਪਿੰਗ ਕਿ ਮੰਡੇ ਨੂੰ ਡਰਾਅ ਆਇਆ ਸੀ, ਟਿਊਜ਼ਡੇ ਨੂੰ ਆਇਆ ਸੀ, ਜਿਵੇਂ ਅੱਜ ਮੰਡੇ ਨੂੰ ਡਰਾਅ ਆਇਆ ਨਾ, ਅਤੇ ਮੰਡੇ ਨੂੰ ਡਰਾਅ ਘੱਟ ਆਉਂਦਾ, ਮੰਡੇ ਨੂੰ ਡਰਾਅ ਆਇਆ ਸੀ, ਟਿਊਜ਼ਡੇ ਨੂੰ ਆਇਆ ਸੀ, ਅਤੇ ਮੈਨੂੰ ਲੱਗ ਰਿਹਾ ਸੀ ਵੈਡਨਸਡੇ ਵੀ ਆਏਗਾ, ਥਰਸਡੇ ਵੀ ਆਏਗਾ, ਲੇਕਿਨ ਨਾ ਵੈਡਨਸਡੇ ਆਇਆ ਨਾ ਥਰਸਡੇ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਗੌਰਮੈਂਟ ਨੇ ਦੋ ਬਹੁਤ ਵੱਡੀਆਂ ਵੱਡੀਆਂ ਅਨਾਊਂਸਮੈਂਟ ਕਰਤੀਆਂ। ਥਰਸਡੇ ਨੂੰ ਅਨਾਊਂਸਮੈਂਟ ਹੋ ਗਈ ਸੀ ਵਿਜ਼ਟਰ ਵੀਜ਼ਾ ਟੂ ਵਰਕ ਪਰਮਿਟ ਵਾਲੀ ਕਿ ਉਹ ਹੁਣ ਬੰਦ ਹੋ ਗਿਆ, ਅਤੇ ਵੈਡਨਸਡੇ ਨੂੰ ਅਨਾਊਂਸਮੈਂਟ ਹੋਈ ਸੀ ਕਿ ਟੈਂਪਰੇਰੀ ਪਬਲਿਕ ਪਾਲਿਸੀ PNP ਵਾਸਤੇ ਸ਼ੁਰੂ ਕੀਤੀ ਗਈ ਹੈਗੀ ਹੈ ਵਰਕ ਪਰਮਿਟ ਵਧਾਉਣ ਵਾਸਤੇ। ਸੋ ਇਹ ਦੋ ਵੱਡੀਆਂ ਅਨਾਊਂਸਮੈਂਟਾਂ ਕਰਕੇ ਵੈਡਨਸਡੇ ਔਰ ਥਰਸਡੇ ਨੂੰ ਕੁਛ ਨਹੀਂ ਆਇਆ। ਸੋ ਐਤਕੀ ਅਗਰ ਹੁਣ ਦੇਖੀਏ ਤਾਂ ਹੁਣ ਸਾਡੇ ਕੋਲ ਇਹ ਸਪਟੈਂਬਰ ਦਾ ਮਹੀਨਾ ਹੈ, ਪਹਿਲਾ ਡਰਾਅ ਹੈ ਸਪਟੈਂਬਰ ਦੇ ਮਹੀਨੇ ਦਾ, ਟੋਟਲ 35 ਡਰਾਅ ਹੋ ਚੁੱਕੇ ਨੇ। ਅਗਰ ਤੁਸੀਂ ਸਾਰੀ ਇਨਫੋਰਮੇਸ਼ਨ ਨੂੰ ਗ੍ਰਾਫਿਕਲੀ ਦੇਖੋਗੇ ਤੁਹਾਡੇ ਵਾਸਤੇ ਈਜ਼ੀ ਹੋ ਜਾਏਗਾ ਸਮਝਣਾ। ਸਭ ਤੋਂ ਜ਼ਿਆਦਾ ਡਰਾਅ ਆਏ ਨੇ ਜੁਲਾਈ ਦੇ ਮਹੀਨੇ 'ਚ, ਉਸ ਤੋਂ ਬਾਅਦ ਫਰਵਰੀ, ਸਭ ਤੋਂ ਜ਼ਿਆਦਾ ਜੁਲਾਈ 9, ਫਰਵਰੀ 6, ਉਸ ਤੋਂ ਬਾਅਦ ਜਿਹੜੀ ਵਾਰੀ ਹੈ ਉਹ ਫਿਰ ਅਗਸਤ ਕੋਲ 5 ਡਰਾਅ ਆਏ। ਅਗਸਤ ਦਾ ਮਹੀਨਾ ਜਿਹੜਾ ਪਿੱਛੇ ਗਿਆ ਉਹਦੇ ਵਿੱਚ 5 ਡਰਾਅ ਸੀ। ਸੋ ਅਗਰ ਹੁਣ ਇਹ ਡਰਾਅ ਕਲੀਅਰ ਨੇ ਤਾਂ ਆਪਾਂ ਅੱਗੇ ਚੱਲਦੇ ਹਾਂ, ਉਹ ਹੈਗਾ ITA। ITA ਇਸ ਵਾਰੀ 911 ਲੋਕਾਂ ਨੂੰ ITA ਮਿਲਿਆ, ਇਹ ਤੁਹਾਡੇ ਸਾਹਮਣੇ ਹੈਗਾ 911 ਲੋਕ। ਅਤੇ ਅਗਰ 911 ਲੋਕ ਦੀ ਗੱਲ ਕਰੀਏ ਤਾਂ ਟੋਟਲ ਕਿੰਨਾ ਹੈ? ਟੋਟਲ ਹੋ ਚੁੱਕਾ ਆਲਮੋਸਟ 80,000 ਲੋਕ, 80,000 ਲੋਕਾਂ ਨੂੰ ਇਹਦੇ ਵਿੱਚ ਇਨਵਾਈਟ ਆ ਚੁੱਕਾ। ਸੋ ਅੱਜ ਮੈਂ ਨਾ ਤੁਹਾਡੇ ਕੋਲ ਇੱਕ ਕੁਐਸਚਨ ਪੁੱਛਣਾ ਹੈ। ਮੈਂ ਜਿਹੜਾ ਨਾ ਹਮੇਸ਼ਾ ਤੁਹਾਨੂੰ ਆਨਸਰ ਦਿੰਦਾ ਵਾਂ, ਲੇਕਿਨ ਅੱਜ ਮੈਂ ਤੁਹਾਡੇ ਕੋਲ ਇੱਕ ਕੁਐਸਚਨ ਪੁੱਛਾਂਗਾ ਲਾਸਟ ਦੇ ਵਿੱਚ, ਇਹ ਉਹ ਕੁਐਸਚਨ। ਸੋ ITA ਜਿਹੜਾ ਨਾ, ਉਹ ਅਗਰ ਤੁਸੀਂ ਦੇਖੋਗੇ ਕਿ ਹੁਣ ਤੱਕ ਕਿੰਨੇ ITA ਆਏ, ਅਤੇ ਅਗਰ ਆਪਾਂ ਗ੍ਰਾਫਿਕਲੀ ਦੇਖੀਏ ਨਾ, ਤਾਂ ਗ੍ਰਾਫਿਕਲੀ ITA ਤੁਹਾਨੂੰ ਦਿਖਾਈ ਦੇ ਜਾਣਗੇ। ਸਭ ਤੋਂ ਜ਼ਿਆਦਾ ITA ਜੁਲਾਈ 'ਚ ਹੀ ਆਏ ਨੇ, ਔਰ ਉਸ ਤੋਂ ਬਾਅਦ ਫੈਬਰਵਰੀ ਦੇ ਵਿੱਚ, ਕਿਉਂਕਿ ਜੁਲਾਈ 'ਚ 9 ਡਰਾਅ ਹੋਏ ਸੀ, ਔਰ ਫਰਵਰੀ 'ਚ 6 ਹੋਏ ਸੀ, ਅਗਸਤ 'ਚ 5 ਹੋਏ ਸੀ, ਇਸ ਦਾ ਮਤਲਬ 10,000 ਤੁਸੀਂ ਦੇਖ ਸਕਦੇ ਹੋ। ਸੋ ਜਿੰਨੇ ਜ਼ਿਆਦਾ ਡਰਾਅਸ ਉਨੇ ਜ਼ਿਆਦਾ ITA, ਸਿੰਪਲ ਜੀ ਗੱਲ ਹੈਗੀ ਹੈ। ਸੋ ਇਹ ਤੁਹਾਡੇ ਸਾਹਮਣੇ ਗ੍ਰਾਫਿਕਲ ਇਨਫੋਰਮੇਸ਼ਨ ਹੈ ITA ਦੀ। ਉਸ ਤੋਂ ਬਾਅਦ ਹੁਣ ਤੁਸੀਂ ਇਹ ਦੇਖਣਾ ਹੈਗਾ ਅਗਲੀ ਸਿਚੁਏਸ਼ਨ ਕਿ ਹੁਣ ਤੱਕ ਡੇਟ ਬਾਏ ਡੇਟ ਟੋਟਲ 35 ਡਰਾਅ ਹੋਏ ਨੇ। 35 ਦੇ 35 ਡਰਾਅ, 35 ਡਰਾਅਸ ਤੁਹਾਨੂੰ ਇੱਕੋ ਜਗ੍ਹਾ ਇੱਕੋ ਥਾਵੇਂ 1 ਸਕਰੀਨ 'ਤੇ ਤੁਹਾਨੂੰ ਇੱਥੇ ਹੀ ਦਿਖਾਈ ਦੇ ਸਕਦੇ ਨੇ। ਤੁਸੀਂ ਸਾਰੇ ਦੇ ਸਾਰੇ ਡਰਾਅ, ਹਰ ਇੱਕ ਦੀ ਕੈਟੇਗਰੀ, ਹਰ ਚੀਜ਼ ਇੱਕੋ ਜਗ੍ਹਾ 'ਤੇ ਦੇਖ ਸਕਦੇ ਹੋ। ਔਰ ਟੋਟਲ ਜਿਹੜਾ ਹੈਗਾ 80,000 ਦੇ ਕਰੀਬ ਪਹੁੰਚ ਚੁੱਕੇ ਹਾਂ ਆਪਾਂ। 79,874, ਦੈਟਸ ਦਾ ਕਰੈਕਟ ਨੰਬਰ। ਸੋ 80,000 ਮੈਂ ਅਪਰੋਕਸੀਮੇਟ ਕਰਕੇ ਤੁਹਾਨੂੰ ਦੱਸਦਾ। ਸੋ ਅਗਰ ਇਹ ਹਾਲਾਤ ਦੇਖ ਲਿੱਤੇ ਨੇ, ਹੁਣ ਆਪਾਂ ਡਰਾਅ ਦੀ ਵਿੱਚ ਵੇਖੀਏ ਕਿ ਡਰਾਅ 'ਚ ਕੀ ਹੋ ਰਿਹਾ। ਸੋ ਅਗਰ ਡਰਾਅ ਦੀ ਗੱਲ ਕਰੇ ਤਾਂ ਸਭ ਤੋਂ ਪਹਿਲਾਂ ਡਰਾਅ ਦੇ ਵਿੱਚ ਹੁੰਦੀਆਂ ਨੇ ਕੈਟੇਗਰੀਜ਼, 6 ਕੈਟੇਗਰੀਜ਼ ਨੇ। ਕੈਟੇਗਰੀਜ਼ ਦੇ ਵਿੱਚ 34,000 ਲੋਕ ਜਿਹੜੇ ਨੇ ਕੈਟੇਗਰੀਜ਼ ਦੇ ਵਿੱਚ। ਸੋ ਆਲਮੋਸਟ ਦੇਖੋਗੇ ਤੁਸੀਂ 40-45% ਸ਼ੇਅਰ ਸਿਰਫ ਕੈਟੇਗਰੀਜ਼ ਕੋਲੇ। 34,000 ਲੋਕ ਕੈਟੇਗਰੀਜ਼ ਦੇ ਵਿੱਚ ਆ ਚੁੱਕੇ ਨੇ। ਇਹ ਤੁਹਾਡੇ ਸਾਹਮਣੇ ਹਰ ਕੈਟੇਗਰੀ ਦੇ ਡਰਾਅ ਦੀ ਇਨਫੋਰਮੇਸ਼ਨ ਹੈਗੀ। ਸੋ ਅਗਲੀ ਜਿਹੜੀ ਚੀਜ਼ ਹੈਗੀ ਹੈ ਉਹ ਹੈਗੀ ਹੈ ਮੇਰਾ ਫੇਵਰੇਟ, ਔਰ ਬਹੁਤ ਸਾਰੇ ਮੇਰੇ ਵਰਗਿਆਂ ਦਾ ਫੇਵਰੇਟ, ਉਹ ਹੈਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ CEC। ਇਹਦੇ ਵਾਸਤੇ ਬਹੁਤ ਮਿਹਨਤ ਕੀਤੀ, ਬਹੁਤ ਚਿੱਠੀਆਂ ਲਿਖੀਆਂ, ਕੈਂਪੇਨ ਚਲਾਏ, ਪਟੀਸ਼ਨ ਕੀਤੇ, ਬਹੁਤ ਮਿਹਨਤ ਕੀਤੀ ਕਿ ਇਹਦਾ ਡਰਾਅ ਆਏ। ਆਲਮੋਸਟ 3 ਸਾਲਾਂ ਬਾਅਦ ਇਹਦੇ ਡਰਾਅ ਆਉਣੇ ਸ਼ੁਰੂ ਹੋਏ, ਔਰ ਦੇਖੋ ਅੱਜ 80,000 ਦੇ ਵਿੱਚੋਂ 20,000 ਦੇ ਜਿਹੜਾ ਨੰਬਰ ਹੈ ਉਹ ਸਿਰਫ CEC ਦਾ,
ਔਰ ਜਿੰਨੇ ਜ਼ਿਆਦਾ ਸੀਈਸੀ ਦੇ ਡਰਾਅ ਆਉਣਗੇ ਉਨੇ ਜ਼ਿਆਦਾ ਇੱਥੇ ਬੈਠੇ ਹੋਏ ਲੋਕ ਪੱਕੇ ਹੋਣਗੇ। ਕੈਨੇਡਾ 'ਚ ਬੈਠੇ ਹੋਏ ਲੋਕ, ਜਿਹੜੇ ਬੱਚੇ ਜਾਂ ਜਿਹੜੇ ਵੀ ਲੋਕ ਨੇ ਜਿਹੜੇ ਬਹੁਤ ਪੰਜ ਪੰਜ ਛੇ ਛੇ ਸਾਲ ਲਗਾ ਚੁੱਕੇ ਨੇ, ਜਿੰਨੇ ਜ਼ਿਆਦਾ ਡਰਾਅ ਆਉਣਗੇ ਉਨਾ ਜ਼ਿਆਦਾ ਉਹਨਾਂ ਦੇ ਪੱਕੇ ਹੋਣ ਦਾ ਚਾਂਸ ਹੈ। ਸੋ ਇਹ ਹੋ ਗਈ ਸੀਈਸੀ ਦੀ ਗੱਲ। ਅਗਲੀ ਜਿਹੜੀ ਕੈਟੇਗਰੀ ਹੈ ਉਹ ਹੈਗੀ ਹੈ ਆਲ ਪ੍ਰੋਗਰਾਮ, ਯਾਨੀ ਕਿ ਕਿਸੇ ਵੀ ਕੈਟੇਗਰੀ 'ਚੋਂ। ਆਲ ਪ੍ਰੋਗਰਾਮ ਦੇ ਵਿੱਚ 14,000 ਲੋਕਾਂ ਨੂੰ ਹੁਣ ਤੱਕ ਸੱਦਾ ਪੱਤਰ ਆ ਚੁੱਕਾ ਹੈ। ਆਖਰੀ ਕੈਟੇਗਰੀ ਹੈ ਪੀਐਨਪੀ। ਇਹ ਪੀਐਨਪੀ ਦਾ 8ਵਾਂ ਡਰਾਅ ਹੈ, 8th ਡਰਾਅ। ਤੁਹਾਡੇ ਸਾਹਮਣੇ ਸਾਰੀ ਇਨਫੋਰਮੇਸ਼ਨ ਹੈਗੀ ਹੈ। ਸੋ ਇਹ ਡਰਾਅ ਜਿਹੜਾ ਬਹੁਤ ਵੱਡਾ ਨਹੀਂ ਹੈ, 911 ਲੋਕਾਂ ਨੂੰ ਹੀ ਬੁਲਾਇਆ ਗਿਆ, ਲੇਕਿਨ ਟੋਟਲ ਦੇਖੋ ਤੁਸੀਂ 10,000 ਲੋਕ ਸਿਰਫ ਪੀਐਨਪੀ 'ਚ ਆ ਗਏ। ਸੋ ਮੈਂ ਪਹਿਲੇ ਹੀ ਦੱਸ ਚੁੱਕਾ ਕਿ ਪੀਐਨਪੀ ਦੀ ਡਰਾਅ ਦੀ ਵੀ ਬਹੁਤ ਵੈਲਿਊ ਹੈ, ਕਿਉਂਕਿ ਜਿਹੜੇ ਪ੍ਰੋਵਿੰਸ ਨੋਮੀਨੇਟ ਕਰਦੇ ਨੇ ਉਹਨਾਂ ਦੀ ਵਜ੍ਹਾ ਨਾਲ 600 ਪੁਆਇੰਟ ਮਿਲਦੇ ਨੇ, ਇਸ ਕਰਕੇ ਉਹ ਜਿਹੜੇ ਨੇ ਇਹਦੇ 'ਚ ਤੁਹਾਡੇ ਐਡ ਹੋ ਜਾਂਦੇ ਨੇ, ਅਤੇ ਜਦੋਂ ਵੀ ਪੀਐਨਪੀ ਦੇ ਡਰਾਅ ਆਉਂਦੇ ਨੇ ਤੁਹਾਡੀ ਵਾਰੀ ਆ ਜਾਂਦੀ। ਸੋ ਇਹ ਤੁਹਾਡੇ ਸਾਹਮਣੇ ਸਾਰੀ ਡਿਟੇਲਸ ਨੇ। ਹੁਣ ਅਗਲੀ ਚੀਜ਼ 'ਤੇ ਚੱਲਦੇ ਹਾਂ, ਉਹ ਹੈਗਾ ਕਿ ਟੋਟਲ ਨੰਬਰ ਇੱਕ ਵਾਰੀ ਦੇਖ ਲਓ ਤਾਂ ਕਿ ਤੁਹਾਨੂੰ ਗ੍ਰਾਫਿਕਲੀ ਸਮਝ ਆ ਜਾਏ। 34,000 ਕੈਟੇਗਰੀ ਬੇਸਡ, ਸੀਈਸੀ 20,000, ਜਨਰਲ 14,000 ਅਤੇ ਪੀਐਨਪੀ 10,000, ਟੋਟਲ ਆਲਮੋਸਟ 80,000। ਗ੍ਰਾਫਿਕਲੀ ਦੇਖਾਂਗੇ ਤਾਂ ਤੁਸੀਂ ਦੇਖੋ ਕਿ 43% ਸ਼ੇਅਰ ਜਿਹੜਾ ਹੈ ਉਹ ਸਿਰਫ ਔਰ ਸਿਰਫ ਕੈਟੇਗਰੀ ਕੋਲੇ, ਕਰੀਬ ਕਰੀਬ 1/4 ਸ਼ੇਅਰ 80 ਦਾ 20,000, ਸੋ 1/4 ਸ਼ੇਅਰ ਸੀਈਸੀ ਕੋਲੇ, ਕੈਨੇਡੀਅਨ ਐਕਸਪੀਰੀਅੰਸ ਕਲਾਸ, ਅਤੇ ਜਨਰਲ 18% ਅਤੇ ਪੀਐਨਪੀ ਜਿਹੜਾ 13%। ਸੋ ਹੁਣ ਮੈਂ ਤੁਹਾਡੇ ਕੋਲ ਸੀਆਰਐਸ ਦੀ ਗੱਲ ਕਰਨ ਲੱਗਾ ਵਾਂ। ਸੀਆਰਐਸ ਦੀ ਜੇ ਗੱਲ ਕਰੀਏ ਤੇ ਲੋਐਸਟ ਸੀਆਰਐਸ ਅੱਜ ਦੀ ਡੇਟ 'ਚ ਵੀ ਫਰੈਂਚ ਕੋਲੇ, ਔਰ ਮੈਨੂੰ ਨਹੀਂ ਲੱਗਦਾ ਕਿ ਫਰੈਂਚ ਨੂੰ ਕੋਈ ਤੋੜ ਪਾਏਗਾ। ਫਰੈਂਚ ਸਭ ਤੋਂ ਅੱਗੇ 336 ਸੀਆਰਐਸ। ਇਸ ਇੰਨੇ ਘੱਟ ਸੀਆਰਐਸ ਤੇ ਤੁਸੀਂ ਸਿਵਾਏ ਫਰੈਂਚ ਦੇ ਹੋਰ ਕਿਸੇ 'ਚ ਪੀਆਰ ਨਹੀਂ ਲੈ ਸਕਦੇ। ਸੋ ਇਹ ਹਾਲਾਤ ਨੇ ਅੱਜ ਦੇ। ਤੇ ਹੁਣ ਮੇਰਾ ਇੱਕ ਕੁਐਸਚਨ ਹੈ, ਇਹ ਕੁਐਸਚਨ ਤੁਹਾਡੇ ਸਭ ਕੋਲੋਂ ਹੈ, ਕਮੈਂਟ ਕਰਕੇ ਜ਼ਰੂਰ ਆਨਸਰ ਦੇਣਾ, ਆਪਣੇ ਦਿਲ ਦੀ ਆਵਾਜ਼ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ ਕੀ ਹੋਏਗਾ। ਸੋ ਮੈਂ ਤੁਹਾਨੂੰ ਆਪਣੀ ਆਵਾਜ਼ ਵੀ ਦੱਸਾਂਗਾ ਕਿ ਮੈਨੂੰ ਕੀ ਲੱਗਦਾ ਹੈ। ਸੋ ਮੇਰਾ ਕੁਐਸਚਨ ਤੁਹਾਡੇ ਸਭ ਨਾਲ ਇਹ ਕੁਐਸਚਨ ਹੈਗਾ ਕਿ ਕੱਲ੍ਹ ਸੀਈਸੀ ਡਰਾਅ ਆਏਗਾ? ਫਿਰ ਦੁਬਾਰਾ ਤੋਂ, ਕੱਲ੍ਹ ਸੀਈਸੀ ਡਰਾਅ ਆਏਗਾ? ਮੈਨੂੰ ਲੱਗਦਾ ਹੈ ਪਰਸਨਲੀ ਕਿ ਆਏਗਾ। ਤੁਸੀਂ ਜ਼ਰੂਰ ਆਪਣਾ ਵਿਚਾਰ ਆਪਣੇ ਕਮੈਂਟ ਦੇ ਵਿੱਚ ਜ਼ਰੂਰ ਪਾ ਕੇ ਦੱਸਿਓ ਕਿ ਕੱਲ੍ਹ ਕੀ ਡਰਾਅ ਆਏਗਾ, ਅਤੇ ਆਪਾਂ ਫਿਰ ਦੇਖਾਂਗੇ ਕੱਲ੍ਹ ਕੀ ਡਰਾਅ ਆਉਂਦਾ ਹੈ, ਅਤੇ ਕੱਲ੍ਹ ਫਿਰ ਤੁਹਾਡੇ ਨਾਲ ਜੋ ਵੀ ਡਰਾਅ ਆਏਗਾ ਜ਼ਰੂਰ ਪੂਰੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ। ਸੋ ਹਰ ਵਾਰ ਦੀ ਤਰ੍ਹਾਂ ਇੱਕ ਗੱਲ ਜ਼ਰੂਰ ਕਹਾਂਗਾ, ਦੇਖੋ ਹਰ ਕੇਸ ਡਿਫਰੈਂਟ ਹੈ, ਹਰ ਸਿਚੁਏਸ਼ਨ ਡਿਫਰੈਂਟ ਹੈ, ਹਰ ਇੱਕ ਦਾ ਗੋਲ ਡਿਫਰੈਂਟ ਹੈ, ਹਰ ਇੱਕ ਦੀ ਪ੍ਰੋਫਾਈਲ ਡਿਫਰੈਂਟ ਹੈ। ਤੁਸੀਂ ਆਪਣਾ ਕੇਸ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਤੁਹਾਡੀ ਕੋਈ ਵੀ ਸਿਚੁਏਸ਼ਨ ਹੈ, ਤੁਹਾਡਾ ਰਿਫਿਊਜ਼ਲ ਹੈ, ਤੁਹਾਡੇ ਕੋਲ ਤੁਸੀਂ ਰਿਫਿਊਜੀ ਕੇਸ ਹੈ, ਤੁਹਾਡੇ ਕੋਲ ਸਪਾਊਸਲ ਕੇਸ ਹੈ, ਐਕਸਪ੍ਰੈਸ ਐਂਟਰੀ ਦਾ ਕੇਸ ਹੈ, ਪੀਐਨਪੀ ਦਾ ਕੇਸ ਹੈ, ਕੇਅਰ ਗਿਵਰ ਦਾ ਕੇਸ ਹੈ, ਤੁਸੀਂ ਸਾਡੇ ਨਾਲ ਬੇਝਿਜਕ ਡਿਸਕਸ ਕਰ ਸਕਦੇ ਹੋ, ਅਪੁਆਇੰਟਮੈਂਟ ਬਣਾ ਕੇ ਗੱਲ ਕਰ ਸਕਦੇ ਹੋ। ਸਾਡਾ ਇੱਕੋ ਇੱਕ ਨੰਬਰ ਹੈ, ਇੱਕੋ ਇੱਕ ਆਫਿਸ ਹੈ, ਔਰ ਨੰਬਰਸ ਜਿਹੜੇ ਨੇ ਤੁਹਾਡੇ ਸਾਹਮਣੇ ਹੈਗੇ ਨੇ, ਐਡਰੈਸ, ਈਮੇਲ ਆਈਡੀ, ਫੋਨ ਨੰਬਰ, ਸਭ ਕੁਝ ਤੁਹਾਡੇ ਸਾਹਮਣੇ ਇੱਥੇ ਸ਼ੇਅਰ ਕੀਤਾ ਹੋਇਆ ਹੈ। ਇਹ ਡਿਟੇਲਸ ਇਹ ਰਹੀਆਂ। ਅਤੇ ਇੱਕ ਬਹੁਤ ਹੀ ਜ਼ਰੂਰੀ ਗੱਲ, ਜੇ ਤੁਸੀਂ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਦ ਵੀਡੀਓ। ਥੈਂਕਸ।